गुरुद्वारा सिंघा शहीद डेरा श्री मान संत बाबा जरनैल सिंह जी नंगलबेट आलोवाल नजदीक फिलौर च पहली पातशाही श्री गुरु नानक देव जी प्रकाश पूरब से श्री गुरु तेग बहादुर जी के 400 साल प्रकाश पूरब की खुशी विच माता प्रकाश कौर की बरसी को समर्पित महान संत समागम करवाया जाएगा। 21 नवंबर को लोड़वंद परिवार दिया 101 लड़कियों के आनंद कार्ज किए जाएंगे। लोड़वंद परिवार गुरुद्वारा साहिब विखे 30 अक्टूबर तक अर्जियां दे सकते हैं। तो इस मौके जानकारी दिंदिया मुख सेवादार संत बाबा जरनैल सिंह जी ने दस्सिया कि विशाल नगर कीर्तन कबड्डी ते क्रिकेट टूर्नामेंट बैलगड्डिया की दौड़ हल्टी दौड़ अखा का मुफ्त कैंप लगाया जाएगा। इस मौके अमरजोत सिंह संधु परमजीत कौर संधु दारा सिंह हरजीत सिंह गुरमेल सिंह बिरसा सिंह सुखदेव सिंह मंगल सिंह ते संगतां भारी गिनती विच शामिल सन। शान न्यूज तो पिंपल दे नाल अजय सिंह नागी दी रिपोर्ट। वाहेगुरु जी का खालसा वाहेगुरु जी की फतेह। आप समुचियां संगतां नूं बेनती है कि गुरद्वारा सिंघा शहीदां डेरा संत बाबा जरनैल सिंह जी नंगलबेट नज़दीक आलोर फलौर विखे हर साल की तरह श्री गुरु नानक देव पातशाह के जन्मदिन अते गुरु तेग बहादुर पातशाह के 400 साल प्रकाश पुरब नूं समर्पित ਅਤੇ ਬੀਬੀ ਮਾਤਾ ਪ੍ਰਕਾਸ਼ ਕੌਰ ਸਲਾਨਾ ਬਰਸੀ ਨੂੰ ਪਾਤਸ਼ਾਹ ਜੀ ਦੇ ਮਹਾਨ ਕਿਰਪਾ ਸਦਕਾ ਸਲਾਨਾ ਬਰਸੀ ਨੂੰ ਸਮਰਪਿਤ 5 ਰੋਜ਼ਾ ਮਹਾਨ ਗੁਰਮੁਖ ਸਮਾਗਮ ਗੁਰਦੁਆਰਾ ਸਾਹਿਬ ਵਿਖੇ ਆਰੰਭ ਹੋ ਰਿਹਾ ਹੈ, ਜਿਹਦੇ ਵਿੱਚ ਇਹ ਸਮਾਗਮ 19, 20, 21, 22 ਅਤੇ 23 ਨਵੰਬਰ ਨੂੰ ਹੈ, ਜਿਹਦੇ ਵਿੱਚ ਖੰਡ ਪਾਠਾਂ ਦੇ ਮਹਾਨ ਜਾਪ ਅਤੇ ਮਹਾਨ ਨਗਰ ਕੀਰਤਨ ਸਮੂਹ ਲੜਕੀਆਂ ਦੇ ਆਨੰਦ ਕਾਰਜ ਅਤੇ ਲੜਕੇ ਅਤੇ ਲੜਕੀਆਂ ਦੇ ਕਬੱਡੀ ਟੂਰਨਾਮੈਂਟ ਬੈਲ ਗੱਡੀਆਂ ਦੀ ਹਲਕੀ ਦੌੜ ਅਤੇ ਅੱਖਾਂ ਦਾ ਮਹਾਨ ਕੈਂਪ ਅਤੇ ਵਾਲੀਬਾਲ ਦੇ ਟੂਰਨਾਮੈਂਟ ਹੋ ਰਹੇ ਹਨ। ਆਪ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਗੁਰਦੁਆਰਾ ਸਾਹਿਬ ਵਿੱਚ ਹਰ ਸਾਲ 101 ਲੜਕੀ ਦਾ ਬਵਾਨੰਦ ਕਾਰਜ ਕੀਤਾ ਜਾਂਦਾ ਹੈ। ਇਸ ਸਾਲ ਵੀ ਇਹ ਸਮਾਗਮ 21 ਨਵੰਬਰ ਨੂੰ ਕੀਤਾ ਜਾ ਰਿਹਾ ਹੈ। ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਤੁਹਾਡੇ ਇਲਾਕੇ ਦੇ ਵਿੱਚ ਕੋਈ ਵੀ ਪਰਿਵਾਰ ਆਰਥਿਕ ਤੌਰ 'ਤੇ ਕਮਜ਼ੋਰ ਹੈ, ਬੱਚੀਆਂ ਜਵਾਨ ਹੋ ਚੁੱਕੀਆਂ ਵਿਆਹ ਦੇ ਯੋਗ ਹਨ ਪਰ ਉਹਨਾਂ ਕੋਲ ਵਿਆਹ ਦੀ ਸਮਰੱਥਾ ਨਹੀਂ, ਅਤੇ ਉਹ ਆਪਣੀਆਂ ਬੱਚੀਆਂ ਦੇ ਰਿਸ਼ਤੇ ਤੈਅ ਕਰਕੇ ਜਿਹਦੇ ਵਿੱਚ ਲੜਕੀ ਦੀ ਉਮਰ 18 ਸਾਲ ਅਤੇ ਲੜਕੇ ਦੀ ਉਮਰ 21 ਸਾਲ ਹੋਵੇ, ਦੋਨਾਂ ਬੱਚਿਆਂ ਦੇ ਨਾਲ ਜੋ ਕਿ ਜਨਮ ਦੇ ਪਰੂਫ ਨਾਲ ਲਾ ਕੇ ਆਧਾਰ ਕਾਰਡ ਨਾਲ ਲਾ ਕੇ ਆਪਣੀਆਂ ਅਰਜ਼ੀਆਂ 1 ਅਕਤੂਬਰ ਤੋਂ ਲੈ ਕੇ 30 ਅਕਤੂਬਰ ਤੱਕ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਜੀ ਨੰਗਲਬੇਟ ਆਲੋ ਫਲੋਰ ਵਿਖੇ ਭੇਜੀਆਂ ਜਾਣ, ਜਿੱਥੇ 21 ਤਰੀਕ ਨੂੰ ਸਮੂਹ ਆਨੰਦ ਕਾਰਜਾਂ ਦੇ ਵਿੱਚ ਆਪ ਜੀ ਦੇ ਬੱਚਿਆਂ ਦੇ ਇਹ ਕਾਰਜ ਕੀਤੇ ਜਾ ਸਕਣ। ਗੁਰਦੁਆਰਾ ਸਾਹਿਬ ਵੱਲੋਂ ਉਹਨਾਂ ਸੁਹਾਗ ਜੋੜਿਆਂ ਨੂੰ ਜਿਨ੍ਹਾਂ ਦੇ ਆਨੰਦ ਕਾਰਜ ਹੋ ਰਹੇ ਆ, ਘਰ ਦੇ ਵਿੱਚ ਵਰਤਣ ਵਾਲਾ ਸਾਰਾ ਸਮਾਨ ਜਿਵੇਂ ਬੈੱਡ, ਸਾਈਕਲ, ਸਿਲਾਈ ਮਸ਼ੀਨਾਂ, ਪੱਖੇ ਅਤੇ ਬਿਸਤਰੇ, ਭਾਂਡੇ, ਕੁਰਸੀਆਂ, ਮੇਜ਼ ਆਦਿ, ਰਸਤਾ ਮਸਤਾ, ਸੁੰਦਰ ਗਹਿਣੇ, ਘੜੀਆਂ ਗੁਰਦੁਆਰਾ ਸਾਹਿਬ ਵੱਲੋਂ ਵੀ ਇਹ ਭੇਟ ਕੀਤੀਆਂ ਜਾ ਰਹੀਆਂ ਹਨ। ਆਪ ਜੀ ਨੂੰ ਬੇਨਤੀ ਹੈ ਇਸ ਸਮਾਗਮ ਤੋਂ ਪੂਰਾ ਲਾਭ ਉਠਾਓ ਅਤੇ ਆਪਣੀਆਂ ਬੱਚੀਆਂ ਰਿਸ਼ਤੇ ਤੈਅ ਕਰਕੇ ਆਪੋ ਆਪਣੀਆਂ ਅਰਜ਼ੀਆਂ ਲੋੜਵੰਦ ਪਰਿਵਾਰ ਗੁਰਦੁਆਰਾ ਸਾਹਿਬ ਵਿਖੇ ਭੇਜਣ ਦੀ ਕਿਰਪਾਲਤਾ ਕਰੋ ਅਤੇ ਜਿੱਥੋਂ ਆਪ ਜੀ ਇਸ ਸਮਾਗਮ ਦਾ ਪੂਰਾ ਆਨੰਦ ਪ੍ਰਾਪਤ ਕਰ ਸਕੋ। ਇਹ ਸਮਾਗਮ 21 ਨਵੰਬਰ ਦਿਨ ਐਤਵਾਰ ਨੂੰ ਸਮੂਹ ਲੜਕੀਆਂ ਦੇ ਆਨੰਦ ਕਾਰਜ ਹੋ ਰਹੇ ਆ। ਇਹਨਾਂ ਲੜਕੀਆਂ ਨੂੰ ਆਪਣਾ ਆਸ਼ੀਰਵਾਦ ਦੇਣ ਵਾਸਤੇ ਪੰਥ ਪ੍ਰਸਿੱਧ ਰਾਗੀ ਢਾਡੀ ਜਥੇ ਅਤੇ ਸਿੰਘ ਸਾਹਿਬਾਨ, ਤਖਤਾਂ ਦੇ ਜਥੇਦਾਰ ਸਾਹਿਬਾਨ ਸਾਰੇ ਆਪਣਾ ਆਸ਼ੀਰਵਾਦ ਦੇਣ ਪਹੁੰਚ ਰਹੇ ਹਨ। ਸਾਰੀਆਂ ਸੰਗਤਾਂ ਹੁਣ ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰੋ। ਇਹ ਸਮਾਗਮ 19, 20, 21, 22 ਅਤੇ 23 5 ਦਿਨ ਲਗਾਤਾਰ ਚੱਲ ਰਿਹਾ ਹੈ। ਸਾਰੀਆਂ ਸੰਗਤਾਂ ਹੁਮਾ ਕੇ ਪਹੁੰਚੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Subscribe now and press the bell icon. Never miss an update.